ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ। ਅੱਜ ਕੁਛ ਗੰਭੀਰ ਗੱਲਾਂ ਕਰਨੀਆਂ, ਕਿਉਂਕਿ ਜੋ ਹਾਲਾਤ ਬਣਦੇ ਜਾ ਰਹੇ ਆ ਉਹ ਬੜੇ ਸੀਰੀਅਸ ਆ, ਗੰਭੀਰ ਆ, ਤੇ ਸਾਨੂੰ ਉਹਨਾਂ ਪ੍ਰਤੀ ਬੜੇ ਸੁਚੇਤ ਰਹਿਣਾ ਚਾਹੀਦਾ ਤੇ ਬੜੀ ਗੰਭੀਰਤਾ ਨਾਲ ਗੱਲਾਂ ਨੂੰ ਸੋਚਣਾ ਚਾਹੀਦਾ। ਇਸ ਕਰਕੇ ਰੂਬਰੂ ਹੋਏ ਆ, ਜੋ ਹਾਲਾਤ 80ਆਂ ਦੇ ਦਹਾਕੇ ਚ ਬਣੇ ਸੀ, ਜਦੋਂ ਇੰਦਰਾ ਗਾਂਧੀ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ, ਉਸ ਵੇਲੇ ਵੀ ਫਰਸ਼ੀਵਾਦ ਜਾਂ ਫਾਸਿਜ਼ਮ ਜਿਹਨੂੰ ਕਹਿੰਦੇ ਆ ਉਹਦਾ ਦੌਰ ਆਇਆ ਸੀ ਇੱਕ, ਤੇ ਉਹ ਫਰਸ਼ੀਵਾਦ ਦਾ ਫਿਰ ਖਾਤਮਾ ਕਿੱਥੇ ਜਾ ਕੇ ਹੋਇਆ, 84 ਚ ਉਹਨੇ ਕਲਮੀਨੇਟ ਇੱਕ ਨਸ਼ਲ ਕੁਸ਼ੀ ਦੇ ਵਰਤਾਰੇ ਤੋਂ ਬਾਅਦ ਕੀਤਾ, ਜਿਸ ਨਸ਼ਲ ਕੁਸ਼ੀ ਚ ਹਰ ਕਿਸੇ ਇਸ ਸਟਰਕਚਰ ਚ ਕੋਈ ਵੀ ਛੋਟੀ ਵੀ ਯੂਨਿਟ ਆ ਜਿਹੜਾ ਇਸ ਪੂਰੇ ਸਟਰਕਚਰ ਚ, ਇਸ ਦੇਸ਼ ਦੇ ਸਟਰਕਚਰ ਚ ਉਹਨਾਂ ਨੇ ਭਾਗ ਲਿਆ, ਉਹਨਾਂ ਨੇ ਪਾਰਟਿਸਿਪੇਟ ਕੀਤਾ, ਤੇ ਉਸ ਵੇਲੇ ਸਿੱਖਾਂ ਨੂੰ ਦਰਿੰਦਗੀ ਨਾਲ ਮਾਰਿਆ ਗਿਆ, ਲੱਭ ਲੱਭ ਮਾਰਿਆ ਗਿਆ, ਗਲਾਂ ਚ ਸਾਡੇ ਟਾਇਰ ਪਾਏ ਗਏ, ਹਨਾ, ਜਲਾਏ ਗਏ, ਪੈਟਰੋਲ ਪਾਏ ਗਏ। ਸੋ ਉਹ ਹਾਲਾਤ 80ਆਂ ਦੇ ਦਹਾਕੇ ਚ ਵਾਪਰੇ ਸੀ। ਅੱਜ ਜਿਹੜੇ ਹਾਲਾਤ ਬਣਦੇ ਜਾ ਰਹੇ ਆ ਇਹ ਉਸੇ ਤਰ੍ਹਾਂ ਦੇ ਹਾਲਾਤ ਆ। ਇਹ ਤਣਾਅ ਤੇ ਟਕਰਾਅ ਜਿਹੜਾ ਪੈਦਾ ਹੋ ਰਿਹਾ ਨਾ, ਅਸੀਂ ਇਹਨਾਂ ਗੱਲਾਂ ਨੂੰ ਬੜੇ ਗੰਭੀਰਤਾ ਨਾਲ ਵਿਚਾਰੀਏ। ਔਰ ਇੱਕ ਜਸਟਿਸ ਚੰਦਰਚੂੜ ਦੀ ਸਟੇਟਮੈਂਟ ਆਈ ਸੀ ਸੁਪਰੀਮ ਕੋਰਟ ਦੇ ਜੱਜ ਵੀ, ਇਹ ਡਿਊਟੀ ਬਣ ਜਾਂਦੀ ਆ ਇੰਟਲੈਕਚੁਅਲਸ ਦੀ ਜਾਂ ਕੁਛ ਉਹਨਾਂ ਬੰਦਿਆਂ ਦੀ ਜਿਹੜੇ ਕੁਛ ਗੱਲ ਨੂੰ ਸਮਝਦੇ ਆ ਜਾਂ ਇਸ ਸਿਵਲ ਸੁਸਾਇਟੀ ਚ ਰਹਿੰਦੇ ਹੋਏ ਕੁਛ ਬੰਦਿਆਂ ਦੀ, ਵੀ ਜਦੋਂ ਜਦੋਂ ਸਟੇਟ ਸਾਡੇ ਤੇ ਜ਼ੁਲਮ ਕਰਦੀ ਆ ਜਾਂ ਸਟੇਟ ਟੈਰਰ ਕ੍ਰੀਏਟ ਕਰਦੀ ਆ ਸਾਡੇ ਮਨਾਂ ਚ, ਤਾਂ ਫਿਰ ਅਸੀਂ ਅੱਗੇ ਆ ਕੇ ਬੋਲੀਏ, ਆਵਾਜ਼ ਬੁਲੰਦ ਕਰੀਏ, ਤੇ ਫਿਰ ਸਟੇਟ ਨੂੰ ਇਹਨਾਂ ਕੰਮਾਂ ਤੋਂ ਰੋਕੀਏ। ਇਹ ਡਿਊਟੀ ਬਣ ਜਾਂਦੀ ਆ। ਸੋ ਸੁਪਰੀਮ ਕੋਰਟ ਦੇ ਸੀਨੀਅਰ ਮੋਸਟ ਇੱਕ ਜਿਹੜੇ ਜੱਜ ਆ, ਵਨ ਆਫ ਦ ਸੀਨੀਅਰ ਮੋਸਟ ਜਸਟਿਸ ਚੰਦਰਚੂੜ ਨੇ ਵੀ ਇਹ ਸਟੇਟਮੈਂਟ ਦਿੱਤੀ ਸੀ। ਹੁਣ ਜੇ ਆਪਾਂ ਅੱਜ ਜਿਹੜੀ ਗੱਲ ਕਰਨੀ ਆ ਉਹ ਗੱਲ ਕਰਨੀ ਆ ਲਖੀਮਪੁਰ ਤੋਂ ਸ਼ੁਰੂ, ਜਾਂ ਉਦੋਂ ਪਹਿਲਾਂ ਆਪਾਂ ਇਹ ਕਹਿ ਲਈਏ ਵੀ ਬੀ ਡੀ ਪਾਂਡੇ ਇੱਕ ਗਵਰਨਰ ਸੀ ਪੰਜਾਬ ਦੇ, ਇਨ ਦਾ ਸਰਵਿਸ ਆਫ ਫਰੀ ਇੰਡੀਆ ਉਹਨਾਂ ਨੇ ਕਿਤਾਬ ਲਿਖੀ, ਤੇ ਉਸ ਕਿਤਾਬ ਨੂੰ 5 ਸਾਲਾਂ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਪਬਲਿਸ਼ ਕੀਤਾ। ਜੇ ਤੁਸੀਂ ਉਹਦੇ ਨੋਟਸ ਪੜੋਗੇ ਉਹਦੇ ਚ ਬੜਾ ਕਲੀਅਰ ਕੱਟ ਉਹਨਾਂ ਨੇ ਇਹ ਲਿਖਿਆ ਹੋਇਆ ਵੀ 80ਆਂ ਚ, 80ਆਂ ਦੇ ਦਹਾਕੇ ਚ ਇੰਦਰਾ ਗਾਂਧੀ ਨੇ, ਇੰਡੀਅਨ ਸਟੇਟ ਨੇ ਤੇ ਕੁਛ ਉਸ ਵੇਲੇ ਦੀ ਪ੍ਰੈਸ ਨੇ ਸਿੱਖਾਂ ਦੇ ਅਗੇਂਸਟ ਮੈਜੋਰਿਟੀ ਨੂੰ, ਮੈਜੋਰਿਟੀ ਕੌਣ ਆ ਹੁਣ ਇਸ ਦੇਸ਼ ਚ, ਮੈਜੋਰਿਟੀ ਨੂੰ ਭੜਕਾਇਆ, ਸਿੱਖਾਂ ਨੂੰ ਬਦਨਾਮ ਕੀਤਾ, ਸਿੱਖਾਂ ਨੂੰ ਟਾਰਗੇਟ ਕੀਤਾ, ਤੇ ਫਿਰ ਗੱਲ ਕਿੱਥੇ ਜਾ ਕੇ ਰੁਕੀ ਹੈ ਸਾਨੂੰ ਸਭ ਨੂੰ ਪਤਾ। ਫਿਰ ਅਸੀਂ ਘੱਲੂਘਾਰਾ ਵੀ ਸਿਹਾ ਤੇ ਅਸੀਂ ਸਾਡੀ ਨਸ਼ਲ ਕੁਸ਼ੀ ਵੀ ਸਹੀ। ਅੱਜ ਗੱਲ ਕਿੱਥੇ ਆ ਰਹੀ ਆ, ਜਿਹੜੀ ਅੱਜ ਸਰਕਾਰ ਨਾਲ ਸਾਡਾ ਮੱਥਾ ਲੱਗਿਆ ਬੀਜੇਪੀ ਨਾਲ, ਇਹ ਵੀ ਕੋਈ ਨਾਰਮਲ ਸਰਕਾਰ ਨਹੀਂ ਆ ਵੀ ਵਿੱਚ ਕੋਈ ਜਿਵੇਂ ਨਾਰਮਲ ਇੱਕ ਪਾਰਲੀਮੈਂਟਰੀ ਸਪੇਸ ਦੀ ਕੋਈ ਸਰਕਾਰ ਹੋਵੇ ਤੇ ਉਸ ਸਰਕਾਰ ਨਾਲ ਅਸੀਂ ਖਹਿ ਰਹੀਏ ਹੋਈਏ ਜਾਂ ਮੱਥਾ ਲਾ ਰਹੇ ਹੋਈਏ। ਇਹ ਵੀ ਇੱਕ ਫਾਸਿਸਟ, ਮੈਂ ਫੇਰ ਕਹਿੰਦਾ ਫਰਸ਼ੀਵਾਦ ਜਿਹੜਾ ਉਹ ਕ੍ਰੀਏਟ ਕਰ ਰਹੀ ਆ ਉਹਨੂੰ ਦਿਨ ਬ ਦਿਨ ਇੱਥੇ ਪੈਦਾ ਕੀਤਾ ਜਾ ਰਿਹਾ, ਤੇ ਇਸ ਬੀਜੇਪੀ ਸਰਕਾਰ ਨੇ ਫਾਸਿਸਟ ਕੌਂਸਟੀਟਿਊਂਸੀ ਆਪਦੀ ਪੈਦਾ ਕਰ ਲਈ। ਤੇ ਹੋ ਕੀ ਰਿਹਾ, ਹੋ ਇਹ ਰਿਹਾ ਵੀ ਲਖੀਮਪੁਰ ਜਿਹੜੇ ਢੰਗ ਨਾਲ ਸਾਡੇ ਬੰਦੇ ਅਕਾਲ ਚਲਾਣਾ ਕਰ ਗਏ, ਇਹਨਾਂ ਨੇ ਸਾਡੇ ਬੰਦੇ ਗੱਡੀਆਂ ਹੇਠਾਂ ਦੇ ਕੇ ਮਾਰੇ, ਤੇ ਫਿਰ ਮੀਡੀਆ ਕਿਵੇਂ ਉਹਨਾਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ। ਇੱਕ ਸਾਡੇ ਉੱਥੇ ਮੁੰਡੇ ਨੇ ਟੀ ਸ਼ਰਟ ਪਾਈ ਸੀ ਜਿਹਦੇ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਸੀ, ਅਸੀਂ ਸਾਰਿਆਂ ਨੇ ਦੇਖਿਆ ਵੀ ਕਿਵੇਂ ਸਾਨੂੰ ਫਿਰ ਉਸੇ ਤਰ੍ਹਾਂ ਟੈਰਰਿਸਟ ਕਹਿ ਕੇ ਪ੍ਰੋਜੈਕਟ ਕਰ ਰਹੇ ਆ। ਜਿਹੜੇ ਸ਼ਖਸੀਅਤ ਨੂੰ ਦਰਬਾਰ ਸਾਹਿਬ ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 20ਵੀਂ ਸਦੀ ਦਾ ਮਹਾਨ ਜਰਨੈਲ, 20ਵੀਂ ਸਦੀ ਦਾ ਸ਼ਹੀਦ, ਇੱਕ ਮਹਾਨ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ ਹੋਵੇ, ਜਦੋਂ ਦਰਬਾਰ ਸਾਹਿਬ 'ਚ ਜਿੱਥੇ ਸ਼੍ਰੀ ਗੁਰੂ ਰਾਮਦਾਸ ਜੀ ਦੀ, ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ, ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਗ੍ਹਾ, ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਵੀ ਜਗ੍ਹਾ ਬਣੀ ਆ, ਇਹਦਾ ਮਤਲਬ ਸਾਰੀ ਸਿੱਖ ਕੌਮ ਨੇ ਉਹਨਾਂ ਨੂੰ ਜਾਂ ਪੰਜਾਬ ਨੇ ਉਹਨਾਂ ਨੂੰ ਸੰਤ ਦਾ ਦਰਜਾ ਦੇ ਕੇ ਤੇ ਉਹਨਾਂ ਨੂੰ ਇਸ ਗੱਲ ਨਾਲ ਨਵਾਜ਼ਿਆ ਵੀ ਇਹ 20ਵੀਂ ਸਦੀ ਦਾ ਇੱਕ ਮਹਾਨ ਸ਼ਹੀਦ ਆ ਸਾਡੇ। ਹੁਣ ਜੇ ਤੁਸੀਂ ਇਹ ਕਹੋ ਵੀ ਉਹ ਟੈਰਰਿਸਟ ਆ, ਫਿਰ ਤਾਂ ਅਸੀਂ ਸਾਰੇ ਟੈਰਰਿਸਟ ਹੋ ਗਏ,
फिर सानू एलानी जाओ तुसी देश विरोधी। थोड़ा काम यह अस्सियां च भी इन्होंने यही काम किया सी, हुण भी यही काम कर रहे आ। सानू देश दी एकता ते अखंडता ते सवाल खड़ा करके सानू उहदे च माड़ा बना के ते साडे नाल मुड़ के जो धक्के करदे आ जां सिस्टम च साडे विरुद्ध एक जिहड़ा जेनोसाइड इंस्टिंक्ट पैदा कीती जांदी आ ਉਹ ਅਸੀਆਂ ਚ ਅਸੀਂ ਭੁਗਤ ਚੁੱਕੇ ਆ ਤੇ ਅੱਜ ਫੇਰ ਉਧਰ ਨੂੰ ਜਾ ਰਹੀ ਆ ਗੱਲ। ਇਸ ਕਰਕੇ ਸਾਡੀ ਸਭ ਤੋਂ ਵੱਡੀ ਜ਼ਰੂਰਤ ਬਣ ਜਾਂਦੀ ਆ ਜਿਹੜੇ ਸਾਡੇ ਸਿੱਖ ਸਕਾਲਰ ਆ ਜਾਂ ਜਿਹੜੇ ਸਾਡੇ ਪੰਜਾਬ ਦੇ ਇੰਟੈਲੈਕਚੁਅਲਸ ਆ ਜਾਂ ਸਾਡੇ ਉਹ ਬੰਦੇ ਸਿਵਲ ਸੁਸਾਇਟੀ ਦੇ ਜਿਹੜੇ ਪੰਜਾਬ ਤੋਂ ਬਾਹਰ ਵੀ ਬੈਠੇ ਆ ਜਿਹੜੇ ਇਹ ਗੱਲ ਮੰਨਦੇ ਆ ਵੀ ਇੱਥੇ ਜਿਹੜੀ ਡਾਇਵਰਸਿਟੀ ਆ ਇਸ ਦੇਸ਼ ਚ ਵਿਆਪਕਤਾ ਇਹਨੂੰ ਰੱਖ ਕੇ ਅਸੀਂ ਇੱਕ ਦੂਜੇ ਨਾਲ ਪਿਆਰ ਨਾਲ ਰਹੀਏ ਉਹਨਾਂ ਬੰਦਿਆਂ ਦੀ ਡਿਊਟੀ ਬਣ ਜਾਂਦੀ ਆ ਵੀ ਅਸੀਂ ਸਿਰ ਜੋੜ ਕੇ ਬੈਠੀਏ ਇਸ ਪੂਰੇ ਮਾਹੌਲ ਨੂੰ ਵਿਚਾਰੀਏ ਇਸ ਤਣਾਅ ਤੇ ਟਕਰਾਅ ਜਿਸ ਤਰ੍ਹਾਂ ਪੈਦਾ ਕੀਤਾ ਜਾ ਰਿਹਾ ਇਸ ਗੱਲ ਨੂੰ ਸਮਝੀਏ ਤੇ ਫਿਰ ਇਹਦੇ ਤੇ ਬ੍ਰੇਨਸਟਾਰਮ ਕਰਕੇ ਕੋਈ ਹੱਲ ਕੱਢੀਏ। ਨਹੀਂ ਤਾਂ ਜਿੱਧਰ ਨੂੰ ਗੱਲ ਜਾ ਰਹੀ ਆ ਤੁਸੀਂ ਵੇਖੋ ਲਖੀਮਪੁਰ ਚ ਬੰਦੇ ਇਹਨਾਂ ਨੇ ਮਾਰੇ। ਟੈਰਰ ਇਹ ਕ੍ਰੀਏਟ ਕਰਦੇ ਆ ਸਾਡੇ ਮਨਾਂ ਚ ਇਹ ਟੈਰਰ ਕ੍ਰੀਏਟ ਕਰਦੇ ਆ। ਟੈਰਰ ਕੀ ਕ੍ਰੀਏਟ ਕਰਦੇ ਆ ਇਹਨਾਂ ਨੇ ਗੱਡੀਆਂ ਨੂੰ ਹਥਿਆਰ ਵਜੋਂ ਵਰਤਿਆ ਤੇ ਜਮਾਂ ਬਿਨਾਂ ਕਿਸੇ ਪ੍ਰੋਵੋਕੇਸ਼ਨ ਦੇ ਜਦੋਂ ਸਾਡੇ ਬੰਦੇ ਮੁਜ਼ਾਹਰਾ ਕਰਕੇ ਆਪਦਾ ਵਾਪਸ ਜਾ ਰਹੇ ਸੀ ਉਹਨਾਂ ਦੇ ਉੱਤੋਂ ਦੀ ਗੱਡੀਆਂ ਚੜਾਤੀਆਂ। ਸੋ ਟੈਰਰ ਟੈਰਰਿਸਟ ਕੀ ਹੁੰਦਾ? ਟੈਰਰਿਸਟ ਉਹੀ ਹੁੰਦਾ ਨਾ ਜਿਹੜਾ ਲੋਕਾਂ ਦੇ ਮਨਾਂ 'ਚ ਟੈਰਰ ਕ੍ਰੀਏਟ ਕਰਦਾ। ਇਹ ਤਾਂ ਸਰਕਾਰ ਦੇ ਬੰਦੇ ਕਰ ਰਹੇ ਆ। 2 ਦਿਨ ਪਹਿਲਾਂ ਉਹ ਮੁੰਡਾ ਜਿਹੜਾ ਮੰਤਰੀ ਦਾ ਉਹ ਦਿੱਲੀ ਕਿਸੇ ਫੰਕਸ਼ਨ 'ਚ ਚੀਫ ਗੈਸਟ ਸੀ, ਅੱਜ ਉੱਥੇ ਪੁੱਛਗਿੱਛ ਲਈ ਚਲਾ ਗਿਆ। ਉਹਦੀ FIR ਪੜ੍ਹ ਲਓ, ਇੰਨੀ ਵੀਕ FIR ਆ, ਬੀਂਗ ਅ ਲਾਇਰ ਆਈ ਐਮ ਟੈਲਿੰਗ ਯੂ, ਇੰਨੀ ਵੀਕ FIR ਆ ਵੀ ਉਹਦੇ 'ਤੇ ਕਨਵਿਕਸ਼ਨ ਹੋ ਹੀ ਨਹੀਂ ਸਕਦੀ। ਤੇ ਜਮਾਂ ਐਵੀਡੈਂਸ ਸਾਹਮਣੇ ਪਿਆ, ਜਮਾਂ ਕਲੀਅਰ ਕੱਟ ਗੱਲ ਆ ਵੀ ਸਾਡੇ ਬੰਦੇ ਇਹਨਾਂ ਨੇ ਕਿਸੇ ਗਿਣੀ ਮਿਖਤੀ ਸਾਜਿਸ਼ ਦੇ ਅਧੀਨ ਜਾ ਕੇ ਮਾਰੇ। ਸੋ ਅਸੀਂ ਜਿਹੜੀ ਸਰਕਾਰ ਨਾਲ ਪੰਗਾ ਲਈ ਬੈਠੇ ਆ ਨਾ, ਉਹ ਸਰਕਾਰ ਇੱਕ ਫਾਸਿਸਟ ਸਰਕਾਰ ਆ, ਇੱਕ ਫਰਸ਼ੀਵਾਦੀ ਸਰਕਾਰ ਆ। ਇਹਦੇ ਖਿਲਾਫ ਜਦੋਂ ਲੜਨਾ, ਸਾਡੇ ਆਗੂਆਂ ਨੂੰ ਵੀ ਮੇਰੀ ਬੇਨਤੀ ਆ, ਤੁਸੀਂ ਮੇਰੀਆਂ ਗੱਲਾਂ ਨੂੰ ਹਰ ਵਾਰ ਨੈਗੇਟਿਵ ਵੇ 'ਚ ਲੈ ਜਾਂਦੇ ਹੋ, ਮੇਰੀ ਬੇਨਤੀ ਆ ਤੁਹਾਨੂੰ ਵੀ ਹੁਣ ਤਾਂ ਅਸੀਂ ਕਿਸੇ ਨੂੰ ਪ੍ਰੋਵੋਕ ਨਹੀਂ ਕੀਤਾ ਸੀ, ਹੁਣ ਤਾਂ ਕਿਸੇ ਤਰ੍ਹਾਂ ਦਾ ਭੜਕਾ ਹਟ ਨਹੀਂ ਸੀ, ਨਾ ਕੋਈ ਸਾਡਾ ਬੰਦਾ ਵਾਇਲੈਂਸ ਕਰ ਰਿਹਾ ਸੀ, ਹੁਣ ਤਾਂ ਅਸੀਂ ਜਮਾਂ ਨੋਨ ਵਾਇਲੈਂਟ ਜਾਪਤੇ 'ਚ ਸੀ ਤੇ ਫਿਰ ਵੀ ਸਾਨੂੰ ਮਾਰ ਗਏ। ਸਾਡੇ ਤੇ ਪਹਿਲਾਂ ਸਾਡੇ ਆਗੂਆਂ ਦੇ ਮੂੰਹੋਂ ਇਹਨਾਂ ਨੇ ਇਹ ਗੱਲਾਂ ਕਹਾਈਆਂ ਵੀ ਨਿਸ਼ਾਨ ਸਾਹਿਬ ਲਾ ਦਿਓ, ਨਿਹੰਗ ਸਿੰਘ ਜਥੇਬੰਦੀਆਂ ਵਾਪਸ ਚਲੀਆਂ ਜਾਣ ਉੱਥੋਂ। ਇਸ ਗੱਲ ਤੋਂ ਬਾਅਦ ਅਗਲੀ ਗੱਲ ਇਹਨਾਂ ਨੇ ਕਹੀ ਜਦੋਂ ਸਾਡੇ ਨਿਸ਼ਾਨ ਸਾਹਿਬ ਨੂੰ ਫਿਰ ਇਹਨਾਂ ਨੇ ਇਹ ਕਿਹਾ, ਦੇਖੋ ਖਾਲਿਸਤਾਨ ਦਾ ਝੰਡਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ, ਕਿਵੇਂ ਸਾਡੇ ਵਿਰੁੱਧ ਗੱਲਾਂ ਪੈਦਾ ਕੀਤੀਆਂ ਜਾਂਦੀਆਂ। ਫਿਰ ਅਗਲੀ ਗੱਲ, 26 ਜਨਵਰੀ ਨੂੰ ਇੱਕ ਐਕਸਪ੍ਰੈਸ਼ਨ ਜ਼ਾਹਰ ਕੀਤਾ ਸੀ ਜਦੋਂ ਇੱਕ ਖਾਲੀ ਪੋਲ ਤੇ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਲਾਇਆ, ਉਦੋਂ ਇਹ ਗੱਲ ਪ੍ਰਚਾਰੀ ਗਈ ਵੀ ਤੁਹਾਡੇ ਤੇ ਤਾਂ ਨਸਲ ਕੁਸੀ ਹੋ ਜਾਣੀ ਸੀ ਵੀ ਜਦੋਂ ਤੁਸੀਂ ਝੰਡੇ ਜਾ ਕੇ ਹਾਈ ਕੋਰਟ ਤੇ ਲਾ ਦਿੰਦੇ ਹੋ ਤਾਂ ਇੱਕ ਇਸ ਦੇਸ਼ ਦਾ ਜਿੱਥੇ ਕਾਨੂੰਨ ਨੂੰ ਪ੍ਰੋਟੈਕਟ ਕੀਤਾ ਜਾਂਦਾ ਇੰਸਟੀਟਿਊਸ਼ਨ ਆ, ਉੱਥੇ ਤੁਹਾਡੇ ਤੇ ਤਾਂ ਨਸਲ ਕੁਸੀ ਦਾ ਸਵਾਲ ਨਹੀਂ ਖੜਾ ਹੁੰਦਾ। ਜਾਂ ਤੁਸੀਂ ਜਦੋਂ ਬੰਦਿਆਂ ਨੂੰ ਮਾਰਦੇ ਹੋ ਤੁਹਾਡੇ ਤੇ ਨਸਲ ਕੁਸੀ ਦਾ ਸਵਾਲ ਨਹੀਂ ਖੜਾ ਹੁੰਦਾ ਤੇ ਸਾਡੇ ਤੇ ਹੀ ਨਸਲ ਕੁਸੀ ਦਾ ਸਵਾਲ ਖੜਾ ਹੋਣਾ? ਫਿਰ ਤੁਸੀਂ ਦੱਸੋ ਵੀ ਸਾਡੀ ਵਫਾਦਾਰੀ ਕਿਹਦੇ ਪ੍ਰਤੀ ਹੋਣੀ ਚਾਹੀਦੀ ਆ? ਹੁਣ ਜੇ ਤੁਸੀਂ ਸਾਨੂੰ ਦੇਸ਼ ਵਿਰੋਧੀ ਐਲਾਨਣਾ, ਐਲਾਨੀ ਜਾਓ, ਮਾਰੀ ਜਾਓ ਸਾਨੂੰ, ਫਿਰ ਇਹੀ ਕੰਮ ਕਰ